ਓਕੇ ਜੀ, ਅਸੀਂ ਗੱਲ ਕਰਦੇ ਹਾਂ ਅੱਜ ਇੱਕ ਵਧੀਆ ਟੂਲ ਬਾਬਤ। ਇਹਦੇ ਨਾਲ ਤੁਹਾਡੀ ਰਿਲੇਸ਼ਨਸ਼ਿਪਸ ਆਪਦੇ ਆ ਜਿਹੜੇ ਇੱਕ ਦੂਜੇ ਦੇ ਨਾਲ ਤੁਸੀਂ ਠੀਕ ਕਰਨ ਲੱਗ ਸਕਦੇ। ਰਿਲੇਸ਼ਨਸ਼ਿਪ ਇਸ ਤਰ੍ਹਾਂ ਹੁੰਦੀ ਹੈ, ਖਾਲੀ ਖਾਲੀ ਜਾਰ ਹੁੰਦੀ ਹੈ ਲਾਈਕ ਕੰਟੇਨਰ, ਅਤੇ ਉਹਦੇ ਵਿੱਚ ਅਸੀਂ ਚੰਗੀਆਂ ਚੀਜ਼ਾਂ ਭਰ ਕੇ, ਜੇ ਅਸੀਂ ਕਿਸੇ ਨੂੰ ਕਹਿੰਦੇ ਅਸੀਂ ਸੋਹਣੇ ਹਾਂ, ਯੂਨੋ ਵਾਈਫ ਕਈ ਵਾਰੀ ਉਹ ਡਰੈਸ ਅਪ ਕਰਦੀ ਹੈ, ਪੁੱਛਦੀ ਹੈ ਮੈਂ ਕਿਵੇਂ ਲੱਗਦੀ ਹਾਂ, ਇਹ ਤੁਹਾਡਾ ਮੌਕਾ ਹੈਗਾ, ਬਹੁਤ ਵਧੀਆ ਲੱਗਦੇ ਹਾਂ। ਅਤੇ ਜਦੋਂ ਅਸੀਂ ਉਵੇਂ ਕਹਿੰਦੇ ਹਾਂ ਕੰਟੇਨਰ ਰਿਲੇਸ਼ਨਸ਼ਿਪ ਤਾਂ ਭਰ ਜਾਂਦਾ ਮਾੜਾ, ਠੀਕ ਹੈ। ਜਦੋਂ ਅਸੀਂ ਕਿਸੇ 'ਚ ਗੁਣ ਲੱਭਦੇ ਹਾਂ, ਗੁਣ ਦੈਟਸ ਦ ਵਰਡ, ਸੋ ਮੈਨੂੰ ਤੁਹਾਡੇ 'ਚ ਇਹ ਗੁਣ ਦਿਸਦਾ ਹੈ, ਅਨੇਕ ਗੁਣ ਹੈਗੇ ਆ ਦੁਨੀਆਂ 'ਚ, ਬਹੁਤ ਗੁਣ ਗਿਣਤੀ ਤੋਂ ਬਾਹਰ ਹੈ, ਪਰ ਅਸੀਂ ਕਦੇ ਦੇਖਦੇ ਨਹੀਂ, ਬੋਲਦੇ ਨਹੀਂ। ਉਸ ਕਰਕੇ ਪਰ ਗਿਣਤੀ ਤੋਂ ਵੱਧ ਗੁਣ ਹੈਗੇ ਆ, ਜੇ ਅਸੀਂ ਜਿਸ ਧਿਆਨ ਨਾਲ ਵੇਖਦੇ ਹਾਂ ਤਾਂ ਰਿਲੇਸ਼ਨਸ਼ਿਪ ਕਿਵੇਂ ਠੀਕ ਹੁੰਦੀ ਹੈ। ਭਾਵੇਂ ਤੁਸੀਂ 20 ਸਾਲ ਪੀਤੀ ਹੈ ਸ਼ਰਾਬ, ਭਾਵੇਂ ਤੁਸੀਂ ਕਾਫੀ ਖਰਾਬ ਕੰਮ ਕੀਤਾ, ਹਰ ਰਿਲੇਸ਼ਨਸ਼ਿਪ ਠੀਕ ਹੋਣ ਲੱਗ ਸਕਦਾ। ਅਤੇ ਇਹ ਬੋਲੀ ਹੈਗੀ ਹੈ ਜਿਹੜੀ ਤੁਸੀਂ ਵਰਤ ਸਕਦੇ ਹੋ। ਤੁਸੀਂ ਕੀ ਕਰਨਾ, ਤੁਸੀਂ ਦੂਜੇ ਦੇ ਨਾਲ ਬੈਠਣਾ, ਬੈਠ ਕੇ ਉਹਨਾਂ ਦੀ ਅੱਖਾਂ 'ਚ ਵੇਖ ਕੇ ਤੁਸੀਂ ਕਹਿਣਾ ਮੈਨੂੰ ਇੱਕ ਗੁਣ ਤੁਹਾਡੇ 'ਚ ਦਿਸਦਾ ਹੈਗਾ, ਅਤੇ ਆ ਗੁਣ ਤੁਹਾਡੀਆਂ ਅੱਖਾਂ ਸੋਹਣਾ ਸੋਹਣੀਆਂ, ਜਾਂ ਤੁਹਾਡੀ ਡਰੈਸਿੰਗ ਸੈਂਸ ਵਧੀਆ, ਜਾਂ ਮੈਨੂੰ ਵਧੀਆ ਸ਼ੂ ਕਲਰ ਲੱਗਦੇ, ਕੋਈ ਵੀ, ਪਰ ਤੁਸੀਂ ਇਹ ਬੋਲਣਾ। ਅਤੇ ਤੁਸੀਂ ਜਸਟ ਪਹਿਲੀ ਚੀਜ਼ ਮਨ ਵਿੱਚ ਜਿਹੜੀ ਆਉਂਦੀ ਹੈ ਦਿਲ ਤੋਂ ਬੋਲਣਾ, ਸਪੀਕ ਫਰੋਮ ਦਾ ਹਾਰਟ, ਦਿਲ ਤੋਂ ਬੋਲ ਕੇ ਉਹ ਦੂਜੇ 'ਚ ਗੱਲ ਵੱਜਦੀ ਹੈ। ਸੋ ਹੋ ਸਕਦਾ ਇਹ ਜਿਹੜੇ ਆਦਮੀ ਤੁਹਾਡੀ ਲਾਈਫ ਦੇ ਵਿੱਚ, ਵਾਈਫ ਜਾਂ ਸਪਾਊਸ ਜਾਂ ਮੰਮੀ ਜਾਂ ਡੈਡੀ, ਉਹਨਾਂ ਨੇ ਕਦੇ ਸੁਣਿਆ ਨਹੀਂ ਤੁਹਾਡੇ, ਹੋ ਸਕਦਾ ਕਈ ਵਾਰੀ ਜਦੋਂ ਕਿਸੇ ਨੇ ਕਦੇ ਸੁਣਿਆ ਨਹੀਂ ਉਹ ਤੁਹਾਡੇ ਤੋਂ ਔਖੇ ਹੋਣਗੇ, ਤੁਸੀਂ ਕਹਿ ਕਦੇ ਕਿਹਾ ਨਹੀਂ ਐਵੇਂ, ਹੋ ਸਕਦਾ ਗੁੱਸਾ ਕਰਨਗੇ, ਪਰ ਜਿਵੇਂ ਵੀ ਉਹਨਾਂ ਨੇ ਕੀਤਾ ਇੱਕ ਗੱਲ ਜ਼ਰੂਰਤ ਹੈ ਭਰ ਗਿਆ ਜਦੋਂ ਤੁਸੀਂ ਇੱਕ ਵਾਰੀ ਕਹਿਤਾ। ਪਰ ਇਹ ਨਹੀਂ ਪਤਾ, ਇੱਕ ਲਾਈਨ ਹੈਗੀ ਹੈ ਜਿੱਥੇ ਰਿਲੇਸ਼ਨਸ਼ਿਪ ਵਧੀਆ ਹੋਣ ਲੱਗ ਜਾਂਦਾ, ਜਿੱਥੇ ਤੁਹਾਨੂੰ ਪਤਾ ਮਹਿਸੂਸ ਹੋਣ ਲੱਗ ਜਾਂਦਾ ਵਧੀਆ ਰਿਲੇਸ਼ਨਸ਼ਿਪ। ਬਹੁਤ ਲੋਕ ਹੈਗੇ ਉਹਨਾਂ ਨੇ ਰਿਲੇਸ਼ਨਸ਼ਿਪ 'ਤੇ ਗਿਵ ਅਪ ਕਰ ਲਿਆ, ਐਵੇਂ ਹੀ ਆ ਵਾਈਫ ਨਾਲ, ਹੋਰ ਵਧੀਆ ਹੋ ਨਹੀਂ ਸਕਦਾ। ਪਰ ਮੈਂ ਤੁਹਾਨੂੰ ਜਸਟ ਇਮੈਜਿਨ ਇਫ ਯੂਰ ਰਿਲੇਸ਼ਨਸ਼ਿਪ ਵਾਸ ਬੈਡ, ਜਸਟ ਇਮੈਜਿਨ ਕਰੋ, ਕਲਪਨਾ ਕਰੋ, ਭਾਵੇਂ ਦੂਰ ਦੀ ਗੱਲ ਹੈ, ਪਰ ਜਿਵੇਂ ਤੁਹਾਡਾ ਰਿਸ਼ਤਾ ਵਧੀਆ ਹੋਵੇ, ਹੈ ਨਾ, ਵਟ ਇਫ ਦੈਟ ਕੁਡ ਹੈਪਨ, ਇਟ ਬੀ ਨਾਈਸ। ਸੋ ਸਾਨੂੰ ਪਤਾ ਨਹੀਂ ਕਿਹੜੇ ਮੌਕੇ 'ਤੇ ਆਉਂਦਾ, ਪਰ ਡੈਫੀਨੇਟਲੀ ਆ ਜਾਂਦਾ। ਅਤੇ ਸੋ ਤੁਸੀਂ ਕੀ ਕਰਨਾ, ਤੁਹਾਡਾ ਕੰਮ ਹੈਗਾ ਜਸਟ ਭਰਨਾ। ਅਤੇ ਮੈਂ ਸੁਜੈਸਟ ਕਰਨਾ ਇੱਕ ਆਦਮੀ ਚੂਜ਼ ਕਰ ਲਓ ਆਪਦੀ ਲਾਈਫ ਦੇ ਵਿੱਚ, ਮੈਨੂੰ ਡੋਂਟ ਬਲੀਵ ਮੀ, ਮੈਨੂੰ ਇੱਕ ਭਰੋਸਾ ਨਾ ਕਰੋ ਮੇਰੇ 'ਚ, ਇੱਕ ਆਦਮੀ ਚੂਜ਼ ਕਰ ਲਓ, ਚੂਜ਼ ਵਨ ਪਰਸਨ, ਅਤੇ ਉਹਦੇ ਨਾਲ ਡੇਲੀ ਕਰੋ,
2 weeks. ਓਕੇ, ਜਿਹੜੇ ਦੇ ਨਾਲ ਤੁਸੀਂ ਕਰ ਕਹਿ ਸਕਦੇ ਹੋ. ਜੇ ਤੁਹਾਡੀ ਫੈਮਿਲੀ ਬਾਹਲੀ ਪ੍ਰੋਬਲਮ ਹੈ ਤਾਂ ਕੋਈ ਬਾਹਰ ਫਰੈਂਡ ਹੈ ਨਾ. ਪਰ ਪ੍ਰੈਕਟਿਸ ਇਟ ਡੇਲੀ ਫਾਰ 2 weeks. Saying something to somebody else, you mean? Mm-hmm. So, ਦੂਜੇ ਨੂੰ ਕਹਿਣਾ ਇੱਕ ਗੁਣ ਮੈਨੂੰ ਦਿਸਦਾ ਤੁਹਾਡੇ 'ਚ ਇਹ ਹੈ, ਜਿਵੇਂ ਵੀ ਪੰਜਾਬੀ ਹੈਗੀ ਤੁਹਾਡੀ, ਅਤੇ ਉਹ ਤੁਸੀਂ ਅਤੇ ਜਿਵੇਂ ਵੀ ਦੂਜਾ ਬੋਲਦਾ ਸੀ ਕਹਿਣਾ ਥੈਂਕ ਯੂ ਅਤੇ ਜਸਟ ਗੋ ਨੈਕਸਟ. ਅਤੇ ਤੁਸੀਂ ਵੇਖਣਾ ਰਿਲੇਸ਼ਨਸ਼ਿਪ ਕਿਵੇਂ ਚੇਂਜ ਹੁੰਦੀ. ਟੇਕਸ 30 seconds. ਪਰ ਰਿਲੇਸ਼ਨਸ਼ਿਪ ਬਦਲੂਗਾ. ਓਕੇ, ਸੋ ਇਹ ਬਹੁਤ, ਸੋ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਾਠ ਕਰਦੇ ਹਾਂ ਇਹ ਚੀਜ਼ ਲਈ ਅਸੀਂ ਤਿਆਰ ਹੁੰਦੇ ਹਾਂ, ਪਰ ਸਾਨੂੰ ਟੂਲ ਚਾਹੀਦਾ. ਘਰ ਟੂਲ ਤੋਂ ਬਿਨਾਂ ਨਹੀਂ ਬਣਦਾ. ਲੱਕੜ ਭਾਵੇਂ ਵਾਧੂ ਹੋਵੇ, ਨੇਲਸ ਭਾਵੇਂ ਵਾਧੂ ਹੋਵੇ, ਹੈਮਰ ਚਾਹੀਦਾ, ਨੇਲ ਗਨ ਚਾਹੀਦੀ ਹੈ, ਕਈ ਚੀਜ਼ਾਂ ਚਾਹੀਦੀਆਂ. ਪਰ ਜੇ ਟੂਲ ਹੈਗੀ ਹੈ ਪਰ ਲੱਕੜ ਨਹੀਂ ਹੈਗੀ, ਘਰ ਬਣੂਗਾ? ਬਣੂਗਾ ਨਾ? ਦੋਵੇਂ ਚੀਜ਼ਾਂ ਚਾਹੀਦੀਆਂ, ਇੱਕ ਹੈਗਾ ਲੱਕੜ ਸਮਾਨ, ਇੱਕ ਹੈਗਾ ਟੂਲ. ਸੋ ਤੁਸੀਂ ਪਾਠ ਕਰਦੇ ਹਾਂ, ਇਹ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਉਹ ਤੁਹਾਡੀ ਐਨਰਜੀ ਬਣਦੀ ਹੈ, ਤੁਹਾਡੇ ਮਟੀਰੀਅਲਸ ਹੈਗੇ ਆ, ਪਰ ਤੁਹਾਨੂੰ ਫਿਰ ਟੂਲ ਚਾਹੀਦੇ ਆ ਜਿਹੜੇ ਦੇ ਨਾਲ ਤੁਸੀਂ ਸਾਰੀ ਰਿਕਵਰੀ ਪ੍ਰੈਕਟਿਸ ਵਿੱਚ ਲਿਆਉਂਗੇ, ਪ੍ਰੈਕਟੀਕਲ ਕਰੋਗੇ. ਅਤੇ ਇਹ ਉਹ ਇੱਕ ਬੋਲੀ ਹੈ ਜਿਹੜੀ ਤੁਸੀਂ ਬਾਰ ਬਾਰ ਯੂਜ਼ ਕਰ ਸਕਦੇ, ਅਤੇ ਸਾਰੀ ਜਿਹੜੀ ਐਨਰਜੀ ਪਾਠ ਤੋਂ ਜਿੱਥੇ ਵੀ ਹੈਗਾ ਜਿਵੇਂ ਵੀ ਤੁਸੀਂ ਜਪਦੇ ਆ ਉਹ ਇੱਥੇ ਆ ਜੂਗਾ ਅਤੇ ਕੰਮ ਕਰਨ. ਓਕੇ, ਸੋ ਇਹ ਹੈਗਾ ਇੱਕ ਗੁਣ ਮੈਨੂੰ ਦਿਸਦਾ ਤੁਹਾਡੇ 'ਚ. ਦਿਲ ਤੋਂ ਬੋਲੋ ਪਹਿਲੀ ਚੀਜ਼ ਮਨ ਵਿੱਚ. ਸੋ ਨਾਓ ਪ੍ਰੈਕਟਿਸ. ਥੈਂਕ ਯੂ ਜੀ, ਮੈਂ ਕੋਈ ਗਲਤੀ ਬੋਲੀ, ਮਾਫੀ ਕਰ.